ਸਬਸਕ੍ਰਾਈਬ ਕਰੋ ਖਤਰਾਂ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜ਼ਰੂਰ ਦਬੋ ਹਾਂਜੀ ਸਵਾਗਤ ਹੈ ਤੁਹਾਡਾ ਖਤਰਾਂ ਐਲ ਐਸ ਆਈ ਦੇ YouTube ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਅੱਜ ਦੀ ਇਹ ਵੀਡੀਓ ਨੰਬਰ 422 ਹੋਰ 421 ਵੀਡੀਓ ਜਿਹੜੀਆਂ ਤੁਸੀਂ ਦੇਖ ਲਈਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਦੱਬੋ ਜਦੋਂ ਆਪਣੇ ਆਪ ਰეკਮੈਂਡ ਹੋਣਗੀਆਂ ਨਹੀਂ ਤਾਂ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਲਓ ਅੱਜ ਦੀ ਵੀਡੀਓ ਦਾ ਟੌਪਿਕ ਹੈ ਜੀ ਜਾਮਣ ਤੇ ਜਾਮਣ ਦੀ ਹਿੜਕ ਜਿਹਦਾ ਬੀ ਹੁੰਦਾ ਉਹਦਾ ਉਹਦੇ ਮਨੁੱਖੀ ਸਰੀਰ ਲਈ ਫਾਇਦੇ ਕਿੰਨੇ ਫਾਇਦੇ ਨੇ ਉਹਦੇ ਬਹੁਤ ਫਾਇਦੇ ਨੇ ਬਾਕੀ ਤੁਹਾਨੂੰ ਇੱਕ ਗੱਲ ਦੱਸ ਦਈਏ ਕੋਈ ਵੀ ਤੁਸੀਂ ਚੀਜ਼ ਖਾਣੇ ਨੂੰ ਲਗਾਤਾਰ ਇੱਕ ਚੀਜ਼ ਨਾ ਖਾਓ ਚੀਜ਼ ਜਿਹੜਾ ਬਦਲਾ ਲਿਆਉਂਦੇ ਰਹੋ ਮੌਸਮ ਦੇ ਹਿਸਾਬ ਨਾਲ ਚੀਜ਼ ਖਾਂਦੇ ਰਹੋ ਸਰੀਰ ਜਿਹੜਾ ਸਹੀ ਕੰਮ ਕਰਦਾ ਰਹੂਗਾ ਪਹਿਲਾ ਇਹਦਾ ਫਾਇਦਾ ਜੀ ਪਾਚਨ ਸ਼ਕਤੀ ਦੇ ਨਾਲ ਜਾਮਣ ਨਾਲ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਹੈਗੀ ਤੇ ਇਹਦਾ ਪਹਿਲਾ ਗੁਣਾ ਪਾਚਨ ਸ਼ਕਤੀ ਨੂੰ ਇਹ ਸਹੀ ਕਰਦਾ ਹੈਗਾ ਦੂਜਾ ਇਹਦਾ ਫਾਇਦਾ ਹੈ ਜੀ ਜਿਹੜੇ ਬੱਚੇ ਬਿਸਤਰਾ ਗਿੱਲਾ ਕਰ ਦਿੰਦੇ ਆ ਭਾਵੇਂ ਉਮਰ ਉਹਨਾਂ ਦੀ ਠੀਕ ਹੋ ਜਾਂਦੀ ਹੈ 5-7 ਸਾਲ ਦੇ ਵੀ ਬੱਚੇ ਹੋ ਰਾਤ ਨੂੰ ਜਿਹੜੇ ਸੁੱਤੇ ਪਏ ਪਿਸ਼ਾਬ ਕਰਦੇ ਹੈਗੇ ਤਾਂ ਉਹਨਾਂ ਲਈ ਹੈ ਕੇ ਇਹਦੇ ਜਾਮਣ ਦੇ ਹਿੜਕਾ ਜਿਹੜੀਆਂ ਉਹਨਾਂ ਦਾ ਜਿਹੜਾ ਤੁਸੀਂ ਚੂਰਨ ਬਣਾ ਲਓ ਤੇ ਉਹਨਾਂ ਨੂੰ 5-5 4-4 ਗ੍ਰਾਮ ਦਿਓ ਤੇ ਜਾਮਣ ਖਾਣ ਲਈ ਦਿਓ ਇਹਦੇ ਨਾਲ ਉਹਨਾਂ ਨੂੰ ਲਾਭ ਮਿਲੂਗਾ ਤੇ ਬਿਸਤਰਾ ਗਿੱਲਾ ਕਰਨ ਉਹ ਹਟ ਜਾਣਗੀ ਅਗਲਾ ਫਾਇਦਾ ਜੀ ਦਾ ਉਲਟੀਆਂ ਲੇਟਰਿੰਗ ਆ ਜੇਕਰ ਕਿਸੇ ਨੂੰ ਲੱਗੀਆਂ ਨੇ ਉਦੇ ਵਿੱਚ ਇਹ ਲਾਭਦਾਇਕ ਹੈ ਕਿਉਂਕਿ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਵੀ ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਉਂਦਾ ਹੈਗਾ ਤਾਂ ਇਹ ਇਹਨਾਂ ਚੀਜ਼ਾਂ 'ਚ ਵੀ ਲਾਭਦਾਇਕ ਹੈ ਉਲਟੀਆਂ 'ਚ ਵੀ ਤੇ ਜਿਹਦੇ ਨਾਲ ਇਹ ਇਸ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਹੁੰਦਾ ਹੈਗਾ ਵਿਅਕਤੀ ਨੂੰ ਜਿਹਨੂੰ ਪੁਰਾਣੇ ਕੋਈ ਦਸਤ ਨੇ ਉਹ ਵੀ ਇਹਦੇ ਨਾਲ हट ਜਾਂਦੇ ਨੇ ਅਗਲਾ ਜੀ 슈ਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਜਿਵੇਂ ਕਿ 슈ਗਰ ਹੁੰਦਾ ਹੈਗਾ ਇਹ ਸਾਡਾ ਆਪਦਾ ਜਮਾਇਆ ਹੋਇਆ ਨੁਸਕਾ ਵੀ ਜਿਵੇਂ ਕਿ ਮੇਰੀ ਦਾਦੀ ਮਾਂ ਜਿਹੜੀ ਉਹਨੂੰ 슈ਗਰ ਸੀਗਾ ਤੇ ਪਿਛਲੇ ਡੇਢ ਦੋ ਸਾਲ ਤੋਂ ਹੁਣ ਮਿੱਠੀ ਚਾਹ ਵੀ ਪੀ ਰਹੀ ਐ ਜਿਹੜੀ ਕੋਈ ਘਰੇ ਮਿੱਠੀ ਚੀਜ਼ ਬਣਦੀ ਉਹ ਵੀ ਖਾਂਦੀ ਐ ਹਨਾ ਤੇ ਉਹਨੂੰ ਸ਼ੂਗਰ ਨਹੀਂ ਹੋਇਆ ਬਾਅਦ ਚ ਜਿਵੇਂ ਵਿੱਚ ਕਹਿੰਦੇ ਵੀ ਸ਼ੂਗਰ ਐ ਜਿਹੜਾ ਹਟਦਾ ਨਹੀਂ ਐ ਪਰਮਾਨੈਂਟਲੀ ਹਟ ਜਾਂਦਾਗਾ ਤੇ ਪਰ ਉਹ ਕੰਟਰੋਲ ਰਹਿੰਦੀ ਉਹਦੇ ਕੋਈ ਅੰਗਰੇਜ਼ੀ ਦਵਾਈ ਨਹੀਂ ਚੱਲਦੀ ਬਿਲਕੁਲ ਬੰਦ ਐ ਜਿਵੇਂ ਕਿ ਇਹਦੀਆਂ ਜਾਮਣ ਦੀਆਂ ਜਿਹੜੀਆਂ ਹਿੜਕਾਂ ਹੁੰਦੀਆਂ ਨੇ ਬੀਜ ਉਹਨੂੰ ਸੁਕਾ ਕੇ ਛਾਵੇਂ ਸਿਕਾਉਣਾ ਕਰੋ ਛਾਵੇਂ ਸਿਕਾ ਕੇ ਉਹਦਾ ਪਾਊਡਰ ਬਣਾ ਲਓ ਉਹ 5-5 ਗ੍ਰਾਮ ਪਾਣੀ ਨਾਲ ਲਓ ਦਿਨ ਵਿੱਚ ਦੀ ਦੋ ਟਾਈਮ ਲੈ ਲਓ ਇੱਕ ਟਾਈਮ ਲੈ ਲਓ ਤੇ ਉਹ ਫਾਇਦੇਮੰਦ ਦਾ ਬਿਲਕੁਲ ਆਪ ਦਾ ਜਮਾਇਆ ਹੋਇਆ ਨੁਸਖਾ ਇਹ ਤੇ ਉਹਨੂੰ ਉਸ ਤੋਂ ਬਾਅਦ ਸ਼ੂਗਰ ਨਹੀਂ ਹੋਇਆ ਸੀ ਕਾਫੀ ਉਹਨੇ ਮਹੀਨਾ ਡੇਢ ਮਹੀਨਾ ਇਹ ਖਾਦਾ ਤੇ ਉਸ ਤੋਂ ਬਾਅਦ ਸ਼ੂਗਰ ਬਿਲਕੁਲ ਕੰਟਰੋਲ ਸੀ 2 ਸਾਲਾਂ 'ਚ ਉਹਦਾ ਸਿਰਫ ਇੱਕ ਵਾਰ ਸ਼ੂਗਰ ਵਧਿਆ ਸੀ ਉਦੋਂ ਟੈਸਟ ਕਰਵਾਇਆ ਜਦੋਂ ਉਹਨੇ ਕੁਝ ਦਿਨ ਮਿੱਠਾ ਜਿਹੜਾ ਬੰਦ ਕਰਤਾ ਤੇ ਉਸ ਤੋਂ ਬਾਅਦ ਦੁਬਾਰਾ ਰੁਟੀਨ 'ਚ ਉਹ ਵੀ ਮਿੱਠਾ ਜਿਵੇਂ ਕਿ ਦਿਨ ਵਿੱਚ ਦੀ ਇੱਕ ਵਾਰ ਮਿੱਠੀ ਚਾਹ ਜਾਂ ਕੁਝ ਵੀ ਹੋਰ ਮਿੱਠਾ ਹੁੰਦਾ ਉਹ ਖਾਂਦੇ ਨਹੀਂ ਤੇ ਲਗਭਗ 80 ਸਾਲ ਦੀ qryਬ ਉਮਰ ਹੈਗੀ ਤੇ ਅੱਜ ਤੋਂ 3-4 ਸਾਲ ਪਹਿਲਾਂ ਉਹਨਾਂ ਨੂੰ ਸ਼ੂਗਰ ਹੋਇਆ ਸੀ ਤੇ ਪਰ ਵੀ ਪਿਛਲੇ 2 ਸਾਲਾਂ ਚ ਬਹੁਤ ਸਹੀ ਹੈ ਬਿਲਕੁਲ ਸ਼ੂਗਰ ਨਾ ਨਿਮਕਾ ਬਰਾਬਰ 140 50 130 20 ਬਸ ਇੰਨਾ ਕੀ ਰਹਿੰਦਾ ਬਿਲਕੁਲ ਨਾਰਮਲ ਰਹਿੰਦਾਗਾ ਤਾਂ ਉਹ ਜਿਹੜੇ ਅਜਿਹੇ ਦੇਸੀ ਜੇ ਨੁਸਖੇ ਆ ਵਰਦ ਦੇ ਰਹਿੰਦੇ ਨੇਗੇ ਤੇ ਮੈਨੂੰ ਪਹਿਲਾਂ ਲੱਗਿਆ ਮੈਂ ਕਹਿੰਦਾ ਹੁੰਦਾ ਬੀਬੇ ਇਹਨਾਂ ਨਾਲ ਕੀ ਹੋਣਾਗਾ ਤੂੰ ਦਵਾਈ ਲੈ ਸ਼ੂਗਰ ਦੀ ਦਵਾਈ ਲੈਂਦੀ ਉਹਨੇ 6 ਮਹੀਨੇ ਦਵਾਈ ਵੀ ਖਾਦੀ ਐ ਫਿਰ ਤੇ ਪਰ ਮੈਂ ਕਹਿੰਦਾ ਹੁੰਦਾ ਸੀ ਵੀ ਤੂੰ ਸ਼ੂਗਰ ਦੀ ਦਵਾਈ ਲੈ ਇਹ ਜਾਮਣਾ ਨਾਲ ਕੀ ਹੋਣਾ ਤੇ ਪਰ ਉਹਦਾ ਇਹ ਨੁਸਖਾ ਜਿਹੜਾ ਕੰਮ ਕਰ ਗਿਆ ਤੇ ਕਾਫੀ ਫੁੱਲ ਰਿਜ਼ਲਟ ਮਿਲੇ ਬਹੁਤ ਜ਼ਿਆਦਾ ਅੰਗਰੇਜ਼ੀ ਦਵਾਈ ਨਾਲ ਅੰਗਰੇਜ਼ੀ ਦਵਾਈ ਤਾਂ ਸ਼ੂਗਰ ਦੀ ਲਗਭਗ ਲਾਈਫਟਾਈਮ ਹੀ ਖਾਂਦੇ ਰਹਿਾਂਗੇ ਉਹਨਾਂ ਚਿਰ ਨਹੀਂ ਹੁੰਦਾ ਮਿੱਠਾ ਵੀ ਛੱਡਣਾ ਪੈਂਦਾ ਹੈਗਾ ਤੇ ਅਗਲਾ ਫਾਇਦਾ ਇਹਦਾ ਜਾਣਦੇ ਆਪਾਂ ਅਗਲਾ ਫਾਇਦਾ ਇਹਦਾ ਮਸੂੜਿਆਂ ਲਈ ਕਿਸੇ ਦੇ ਦੰਦ ਆ ਜਿਹੜੇ ਕਮਜ਼ੋਰੇ ਹੁੰਦੇ ਆ ਦੰਦਾਂ ਜਾਂ ਮਸੂੜਿਆਂ 'ਚੋਂ ਖੂਨ ਆਉਂਦਾ ਪੱਕਦੇ ਹੈਗੇ ਹਨਾ ਮੂੰਹ ਪੱਕਦਾ ਹੈਗਾ ਉਹਦੇ ਲਈ ਕੀ ਕਰਨਾ ਪੱਤੇ ਵਾਲ ਲੋ ਜਾਮਣ ਦੇ ਤੇ ਉਹਨਾਂ ਦੇ ਜਿਹੜਾ ਦਿਨ ਵਿੱਚ ਦੀ ਇੱਕ ਵਾਰ ਦੋ ਵਾਰ ਜਿਹੜਾ ਕੁਰਲਾ ਕਰੋ ਪਾਣੀ ਨਾਲ ਤੇ ਤੁਹਾਡੇ ਮੂੰਹ ਚ ਛਾਲੇ ਆ ਜੋ ਵੀ हट ਜਾਣਗੇ ਵੈਸੇ ਜੇ ਮੂੰਹ ਚ ਛਾਲੇ ਆ ਤਾਂ ਉਹਦੇ ਲਈ ਤੁਸੀਂ ਪੱਤੇ ਚਬ ਵੀ ਸਕਦੇ ਹੋ ਜਾਮਣ ਦਾ ਪੱਤਾ ਬਹੁਤ ਫਾਇਦੇਮੰਦ ਹੈਗਾ ਤੇ ਕਿਉਂਕਿ ਇਹ ਚੀਜ਼ ਇਹ ਜੀ ਖੱਟੀ ਇਹਦੇ ਨਾਲ ਬਹੁਤ ਛੇਤੀ ਠੀਕ ਹੁੰਦਾ ਹੈਗਾ ਤੇ ਜੇਕਰ ਕਿਸੇ ਦਾ ਮਸੂੜਿਆਂ ਚ ਖੂਨ ਆਉਂਦਾ ਤਾਂ ਉਹ ਕੁੱਲਾ ਕਰ ਸਕਦਾ ਇਹਨਾਂ ਨੂੰ ਪੱਤਿਆਂ ਨੂੰ ਉਬਾਲ ਕੇ ਤੇ ਕਈ ਵਾਰ ਦਿਨ ਵਿੱਚ ਦੀ ਮੂੰਹ ਚ ਭਰ ਲਓ ਪਾਣੀ ਉਹਨੂੰ ਦੋ ਚਾਰ ਵਾਰ ਕੁਰਲੇ ਕਰੋ ਹਣਾ ਤੇ ਮਸੂੜਿਆਂ ਜਿਹੜਾ ਖੂਨ ਆਉਣਾ ਬੰਦ ਹੋ ਜਾਂਦਾ ਹੈ। ਅਗਲਾ ਇਹ ਆਪਣਾ ਜਿਵੇਂ ਕਿ ਬਵਾਸੀਰ ਪਹਿਲੀ ਗੱਲ ਤਾਂ ਬਵਾਸੀਰ ਮਿਰਚਾਂ ਬਹੁਤ ਜ਼ਿਆਦਾ ਤਲੇ ਫਲੇ ਭੋਜਨ ਤੜਕੇ ਫੜਕਿਆਂ ਉਹ ਨਾ ਖਾਓ ਬਵਾਸੀਰ ਹੋਏਗਾ ਨਹੀਂ ਗਰਮ ਚੀਜ਼ਾਂ ਜ਼ਿਆਦਾ ਨਾ ਖਾਓ ਤੇ ਬਾਕੀ ਇਹਦਾ ਇਲਾਜ ਇਹੀ ਹੈ ਵੀ ਜਿਹੜਾ ਇਹ ਜਾਮਣ ਦੇ ਪਾਊਡਰ ਬਣਾ ਲੈਣਾ ਆਪਾਂ ਜਿਵੇਂ ਪਹਿਲਾਂ ਦੱਸਿਆ ਤੁਹਾਨੂੰ ਸੁਕਾ ਕੇ ਉਹਦੇ ਵਿੱਚ ਤੁਸੀਂ ਕਾਲਾ ਨੂਨ ਮਿਲਾ ਕੇ ਖਾਓ ਹਾਂ ਤੇ ਬਵਾਸੀਰ ਜਿਹੜਾ ਪੂਰਾ ਲਾਭ ਮਿਲਦਾ ਹੈਗਾ ਤੇ ਬਹੁਤ ਹੈ ਅਸਰਦਾਰ ਦਵਾਈ ਹੈ ਇਹ ਬਵਾਸੀਰ ਚ ਵੀ ਬਾਕੀ ਹੋਰ ਵੀ ਦੇ ਬਹੁਤ ਸਾਰੇ ਫਾਇਦੇ ਨੇ ਹੋ ਸਕੀਏ ਜੇ ਇਹ ਵੀਡੀਓ ਵਧੀਆ ਲੱਗੀ ਤੁਹਾਨੂੰ ਤਾਂ ਹੋਰ ਵੀ ਦੀ ਵੀਡੀਓ ਪਾ ਦਿਆਂਗੇ ਪਹਿਲਾਂ ਅਸੀਂ ਹੋਰ ਵੀ ਕਈ ਕੰਮ ਦੀਆਂ ਵੀਡੀਓਜ਼ ਪਾਉਂਦੇ ਰਹਿੰਨੇ ਆਂ ਦੇਸੀ ਨੁਕਤੇ ਵਾਲੀਆਂ ਇਹ ਜੀਆਂ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਜ਼ਰੂਰ ਦੱਬੋ ਬਹੁਤ ਕੰਮ ਦੀਆਂ ਵੀਡੀਓ ਹੋਰ ਵੀ ਆ ਰਹੀਆਂ ਅਸੀਂ ਬਹੁਤ ਵੀਡੀਓ ਤਿਆਰ ਕਰ ਰਹੇ ਆਂ ਟਾਈਮ 'ਚ ਟਾਈਮ ਕੱਢ ਕੇ ਇਹ ਬਾਕੀ ਦੁੱਧ ਨਾਲ ਜਿਹੜਾ ਜਾਮਣ ਦਾ ਕੋਈ ਮੇਲ ਨਹੀਂ ਕਦੋਂ ਜਾਮਣ ਨਾਲ ਖਾਈਏ ਜਦੋਂ ਆਪਾਂ ਇਹਦੀ ਗੱਲ ਕਰਦੇ ਆਂ ਦੁੱਧ ਪੀ ਕੇ ਜਾਮਣ ਨਾਲ ਖਾਓ ਕਦੇ ਵੀ ਦੁੱਧ ਪੀਣ ਤੋਂ ਪਹਿਲਾਂ ਵੀ ਨਾ ਖਾਓ ਤੇ ਦੁੱਧ ਪੀ ਕੇ ਵੀ ਨਾ ਖਾਓ ਤੇ ਇਹਦਾ ਨੁਕਸਾਨ ਆ ਕਾਫੀ ਜ਼ਿਆਦਾ ਤੇ ਦੁੱਧ ਦੇ ਨਾਲ ਜਾਮਣ ਦਾ ਕੋਈ ਮੇਲ ਨਹੀਂ ਘੰਟੇ ਤੋਂ ਘੰਟੇ ਦਾ ਫਰਕ ਜ਼ਰੂਰ ਹੋਵੇ ਜਦੋਂ ਤੁਸੀਂ ਦੁੱਧ ਪੀਣਾ ਜਾਮਣ ਦੇ ਨਾਲ ਤਾਂ ਜਾਮਣ ਦੇ ਨਾਲ ਦੁੱਧ ਕਦੇ ਵੀ ਨਾ ਪੀਓ ਇਹ ਜ਼ਰੂਰ ਯਾਦ ਰੱਖੋ ਬਾਕੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰੋ ਨਹੀਂ ਜੰਗੀ ਲੱਗੀ ਡਿਸਲਾਈਕ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੇ ਇਹਨੂੰ ਸ਼ੇਅਰ ਜਰੂਰ ਕਰੋ ਜੇ ਚੰਗੀ ਲੱਗੀ ਆਪਣੇ ਯਾਰਾਂ ਦੋਸਤਾਂ ਨਾਲ WhatsApp Facebook ਤੇ ਤੇ ਚੈਨਲ ਨੂੰ ਚੰਗਾ ਲੱਗਿਆ ਜੇ ਪਹਿਲਾਂ ਸਬਸਕ੍ਰਾਈਬ ਕਰਨਾ ਉਹ ਕਰ ਸਕਦੇ ਨਹੀਂ ਤਾਂ ਚੈਨਲ ਤੇ ਜਾ ਕੇ ਵੀਡੀਓਜ਼ ਦੇਖ ਲਓ ਪਹਿਲਾਂ 420 ਜਿਹੜੀਆਂ ਪਾਈਆਂ ਬਾਈ ਉਸ ਤੋਂ ਬਾਅਦ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਉਸ ਤੋਂ ਪਹਿਲਾਂ ਨਾ ਕਰੋ ਪਹਿਲਾਂ ਦੇਖੋ ਜਰੂਰ ਜਾ ਕੇ ਤੇ ਹੋਰ ਕਿਸ ਟਾਪਿਕ ਤੇ ਵੀਡੀਓ ਬਣਾਈਏ ਜਾਂ ਕੋਈ ਪ੍ਰੋਬਲਮ ਤੁਹਾਨੂੰ ਕੋਈ ਜਿੰਨੀ ਵੀ ਸਾਨੂੰ ਜਾਣਕਾਰੀ ਹੋਈ ਅਸੀਂ ਉਹ ਪਾਵਾਂਗੇ ਜਾਂ ਤੁਹਾਨੂੰ ਲੱਗਿਆ ਵੀ ਇਸ ਵੀਡੀਓ ਚ ਆਹ ਤਾਂ ਤੁਸੀਂ ਗਲਤ ਜਾਣਕਾਰੀ ਦੇ ਦਿੱਤੀ ਜੀ ਇਹ ਨਹੀਂ ਬਣਦੀ ਸੀ ਐ ਹਨਾ ਜਾਂ ਸਾਨੂੰ ਇਹਦਾ ਰਿਜ਼ਲਟ ਨਹੀਂ ਮਿਲਿਆ ਸੀ ਜਾਂ ਉਹ ਵੀ ਤੁਸੀਂ ਕਮੈਂਟ ਕਰਕੇ ਦੱਸੋ ਕੋਈ ਪਰਸਨਲ ਸਵਾਲ ਆ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ ਮੈਸੇਜ ਕਰ ਦਿਓ ਜਿੰਨਾ ਕੋ ਹੋ ਸਕੇ ਹੈਲਪ ਜ਼ਰੂਰ ਕਰਾਂਗੇ ਜੇਕਰ ਸਾਨੂੰ ਨਾਮ ਪਤਾ ਹੋਇਆ ਤਾਂ ਵੀ ਅਸੀਂ ਕਿਤੋਂ ਵੀ ਪਤਾ ਕਰਕੇ ਤੁਹਾਨੂੰ ਦੱਸਿਏ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ